ਪੰਜਵੀਂ ਕਹਾਣੀ ਯਿਸੂ ਵਾਪਸ ਆਉਂਦਾ ਹੈ। ਲਗਭਗ 2000 ਸਾਲਾਂ ਤੇ ਸੰਸਾਰ ਵਿੱਚ ਸਾਰੀਆਂ ਜਗ੍ਹਾ ਪਰ ਮਤੇ ਤੇ ਮਤੇ ਲੋਕ ਮਸੀਹ ਯਿਸੂ ਦੇ ਬਾਰੇ 'ਚ ਸੰਦੇਸ਼ ਜੋ ਸੁਣਾ ਦੇ ਹਨ। ਕਲੀਸੀਆ ਤਰੱਕੀ ਕਰਾ ਦੀ ਹੈ। ਯਿਸੂ ਵਾਅਦਾ ਕੀਤਾ ਕਿ ਸਹਿ ਸੰਸਾਰ ਦੇ ਅੰਤ 'ਚ ਵਾਪਸ ਆਊਗਾ, ਕਜੋ ਕਿ ਸਹਿ ਹਾਲੀ ਵਾਪਸ ਨਹੀਂ ਆਇਆ ਹੈ, ਤਾਂ ਵੀ ਸਹਿ ਆਪਣੇ ਵਾਅਦੇ ਜੋ ਪੂਰਾ ਕਰੇਗਾ। ਜਾਲੂ ਕਿ ਅਸਾਂ ਯਿਸੂ ਦੇ ਵਾਪਸ ਆਉਣੇ ਦਾ ਇੰਤਜ਼ਾਰ ਕਰਦੇ ਹਨ, ਪਰਮਾਤਮਾ ਅਸਾਂ ਨੇ ਇਹਦੀ ਰੀਤੀਏ ਨੇ ਜ਼ਿੰਦਗੀ ਜੀਣੇ ਦੀ ਇੱਛਾ ਕਰਦਾ ਹੈ, ਜਿਹੜਾ ਪਵਿੱਤਰ ਹੈ ਕਨੇ ਜਿਹੜਾ ਤਿਸਦਾ ਆਦਰ ਕਰਦਾ ਹੈ। ਜਾਲੂ ਯਿਸੂ ਧਰਤੀ ਪਰ ਰਹਿਦਾ ਥਾ, ਤਾਲੂ ਤਿੰਨੀ ਗਲਾਇਆ, ਮੇਰੇ ਚੇਲੇ ਸਾਰੇ ਸੰਸਾਰੇ 'ਚ ਸਾਰੀਆਂ ਜਗ੍ਹਾ ਦੇ ਲੋਕਾਂ ਜੋ ਪਰਮਾਤਮੇ ਦੇ ਰਾਜ ਦੇ ਬਾਰੇ 'ਚ ਨਵਾਂ ਸੰਦੇਸ਼ ਪ੍ਰਚਾਰ ਕਰਗੀ, ਕਨੇ ਤਾਲੂ ਅੰਤ ਆਈ ਜਾਂਗਾ। ਬੜੀਆਂ ਜਾਤੀਆਂ ਹੁਣੇ ਤਿਕਰ ਯਿਸੂ ਦੇ ਬਾਰੇ 'ਚ ਨਹੀਂ ਸੁਣਿਆ ਹੈ। ਸਵਰਗੇ ਜੋ ਵਾਪਸ ਜਾਣੇ ਤੇ ਪਹਿਲੇ ਯਿਸੂ ਮਸੀਹਾਂ ਜੋ ਇਹਨਾਂ ਲੋਕਾਂ ਜੋ ਨਵਾਂ ਸੰਦੇਸ਼ ਸੁਣਾਉਣੇ ਜੋ ਗਲਾਇਆ, ਜਿਨ੍ਹਾਂ ਯਿਸੂ ਕਦੀ ਨਹੀਂ ਸੁਣਿਆ ਹੈ, ਤਿੰਨੀ ਗਲਾਇਆ, ਜਾ ਕਨੇ ਸਾਰੀਆਂ ਜਾਤੀਆਂ ਦੇ ਲੋਕਾਂ ਜੋ ਚੇਲਾ ਬਣਾ, ਕਨੇ ਵੱਢਣੇ ਤਾਈਂ ਪੱਟੀਆਂ ਪੱਕੀ ਚੁੱਕੀਆਂ ਹਨ। ਯਿਸੂ ਇਹ ਵੀ ਗਲਾਇਆ, ਕੁਸੀ ਮਾਣੂਏ ਦਾ ਦਾਸ ਆਪਣੇ ਸਵਾਮੀ ਤੇ ਵੱਡਾ ਨਹੀਂ ਹੁੰਦਾ। ਇਸ ਸੰਸਾਰੇ ਦੇ ਖਾਸ ਲੋਕਾਂ ਮਿੰਜੋ ਨੇ ਨਫ਼ਰਤ ਕੀਤੀ, ਕਨੇ ਮੇਰੀ ਵਜ੍ਹਾ ਤੇ ਸਹਿ ਤੁਹਾਂ ਜੋ ਵੀ ਸਤਾਂਗੇ, ਕਨੇ ਮਾਰੀ ਦੇਂਗੇ। ਇਸ ਸੰਸਾਰੇ 'ਚ ਤੁਹਾਂ ਪੀੜਿਤ ਹੋਵੋਗੇ, ਆਪਰ ਮਜ਼ਬੂਤ ਬਣਾ, ਕਜੋ ਕਿ ਮੈਂ ਸੈਤਾਨੇ ਜੋ ਹਰਾਈ ਦਿੱਤਿਆ ਹੈ, ਜਿਹੜਾ ਇਸ ਸੰਸਾਰੇ ਪਰ ਸ਼ਾਸਨ ਕਰਦਾ ਹੈ। ਅਗਰ ਤੁਹਾਂ ਆਖਰੀ ਤਿਕਰ ਮੇਰੇ ਵਿਸ਼ਵਾਸਯੋਗੇ ਬਣੀ ਰਹਿੰਗੇ, ਤਾਂ ਪਰਮਾਤਮਾ ਤੁਹਾਂ ਜੋ ਬਚਾਂਗਾ। ਇਸ ਮੈਂ ਆਪਣੇ ਚੇਲੇ ਜੋ ਇਹ ਸਮਝਾਉਣੇ ਤਾਈਂ ਇੱਕ ਕਹਾਣੀ ਸੁਣਾਈ ਕਿ ਜਾਲੂ ਸੰਸਾਰੇ ਦਾ ਅੰਤ ਹੁੰਦਾ ਹੈ ਤਾਂ ਲੋਕਾਂ ਦੇ ਕੰਨੇ ਕਿਆ ਹੋਊਗਾ। ਤਿੰਨੀ ਗਲਾਇਆ, ਉਸੀ ਮਾਣੂ ਮੈਂ ਆਪਣੀਆਂ ਪੱਟੀਆਂ 'ਚ ਖਰਾ ਬੀ ਬਾਇਆ, ਜਾਲੂ ਸਹਿ ਸੁਆਦਾ ਥਾ, ਤਾਂ ਇਸਦਾ ਦੁਸ਼ਮਣ ਆਇਆ, ਕਨੇ ਕਣਕਾਂ ਦਿਆਂ ਬੀਆਂ ਦੇ ਵਿੱਚ ਜੰਗਲੀ ਰੁੱਖਾਂ ਦੀਆਂ ਬੀਆਂ ਜੋ ਵਾਹੀ ਗਿਆ, ਕਨੇ ਫਿਰੀ ਸਹਿ ਚਲੀ ਗਿਆ। ਜਾਲੂ ਬੀ ਲੂੰਘੇ ਤਾਂ ਦਾਸਾਂ ਤਿਸ ਮਾਣੂਏ ਨੇ ਗਲਾਇਆ, ਹੇ ਸਵਾਮੀ, ਤੁਹਾਂ ਤਾਂ ਆਪਣੀਆਂ ਪੱਟੀਆਂ 'ਚ ਖਰਾ ਬੀ ਬਾਇਆ ਥਾ, ਤਾਂ ਫਿਰੀ ਇਸ 'ਚ ਜੰਗਲੀ ਰੁੱਖਾਂ ਦੇ ਵੀ ਕਜੋ ਹਨ। ਤਿਸ ਮਾਣੂ ਮੈਂ ਜਵਾਬ ਦਿੱਤਾ, ਸਿਰਫ ਮੇਰੇ ਦੁਸ਼ਮਣ ਹੀ ਤਿਨਾਂ ਜੋ ਬਾਹਣਾ ਚਾਹੁੰਗੇ, ਇਹ ਮੇਰਾ ਕੋਈ ਦੁਸ਼ਮਣ ਹੈ ਜਿੰਨੀ ਇਹਦੇ ਕੀਤਿਆ ਹੈ। ਤਿਨਾਂ ਦਾਸਾਂ ਆਪਣੇ ਸਵਾਮੀਏ ਜੋ ਜਵਾਬ ਦਿੱਤਾ, ਕਿਆ ਅਹਾਂ ਜੋ ਜੰਗਲੀ ਰੁੱਖਾਂ ਜੋ ਪੁੱਟੀ ਦੇਣਾ ਚਾਹੀਦਾ? ਤੇ ਸਵਾਮੀਏ ਗਲਾਇਆ, ਨਹੀਂ, ਅਗਰ ਤੁਹਾਂ ਇਹਦੇ ਕਰਗੇ ਤਾਂ ਤੁਹਾਂ ਕੁਛ ਕਣਕਾਂ ਜੋ ਵੀ ਪੁੱਟੀ ਦੇਂਗੇ, ਵੱਢਣੇ ਦੇ ਵਕਤੇ ਤਿਕਰ ਇੰਤਜ਼ਾਰ ਕਰਾ, ਤਾਲੂ ਜੰਗਲੀ ਰੁੱਖਾਂ ਜੋ ਗੜੀਆਂ 'ਚ ਇਕੱਠਾ ਕਰੀ ਨੇ ਲਿਓਆ, ਤਾਂ ਕਿ ਤੁਹਾਂ ਤਿਸੀ ਫੂਕੀ ਸਕਣ, ਅਪਰ ਕਣਕਾਂ ਜੋ ਮੇਰੇ ਪੇੜਮਾਂ 'ਚ ਲਈ ਕਰੀਓਵਾ। ਚੇਲਿਆਂ ਇਸਾ ਕਹਾਣੀਆਂ ਦੇ ਮਤਲਬ ਜੋ ਨਹੀਂ ਸਮਝਿਆ, ਇਸ ਤਾਈਂ ਤਿਨਾਂ ਯਿਸੂ ਤੇ ਤਿਨਾਂ ਜੋ ਸਮਝਾਉਣ ਦੀ ਬੇਨਤੀ ਕੀਤੀ। ਯਿਸੂ ਗਲਾਇਆ, ਖਰਾ ਬੀ ਬਾਣੇ ਵਾਲਾ ਮਾਣੂ ਮਸੀਹ ਦਾ ਅਨੁਸਰਣ ਕਰਦਾ ਹੈ, ਪੱਟੀਆਂ ਸੰਸਾਰੇ ਦਾ ਅਨੁਸਰਣ ਕਰਦੀਆਂ ਹਨ, ਖਰਾ ਬੀ ਪਰਮਾਤਮੇ ਦੇ ਰਾਜ ਦੇ ਲੋਕਾਂ ਦਾ ਅਨੁਸਰਣ ਕਰਦਾ ਹੈ। ਜੰਗਲੀ ਰੁੱਖ ਇਸ ਬੁਰੇ ਮਾਣੂਏ ਸ਼ੈਤਾਨੇ ਦੇ ਲੋਕਾਂ ਦਾ ਅਨੁਸਰਣ ਕਰਦੇ ਹਨ। ਇਸ ਮਾਣੂਏ ਦਾ ਦੁਸ਼ਮਣ ਸ਼ੈਤਾਨੇ ਦਾ ਅਨੁਸਰਣ ਕਰਦਾ ਹੈ, ਜਿੰਨੀ ਜੰਗਲੀ ਰੁੱਖਾਂ ਜੋ ਵਾਹੀ ਦਿੱਤਿਆ ਥਾ, ਵੱਢਣਾ ਇਸ ਸੰਸਾਰੇ ਦੇ ਅੰਤ ਦਾ ਅਨੁਸਰਣ ਕਰਦੀ ਹੈ, ਕਨੇ ਵੱਢਣੇ ਵਾਲੇ ਪਰਮਾਤਮੇ ਦੇ ਸਵਰਗਦੂਤਾਂ ਦਾ ਅਨੁਸਰਣ ਕਰਦੇ ਹਨ। ਜਾਲੂ ਸੰਸਾਰੇ ਦਾ ਅੰਤ ਹੋਊਗਾ, ਤਾਲੂ ਸਵਰਗਦੂਤ ਇਹਨਾਂ ਸਾਰਿਆਂ ਲੋਕਾਂ ਜੋ ਇੱਕ ਕੰਨੇ ਇਕੱਠਾ ਕਰਗੇ, ਜਿਹੜਾ ਸ਼ੈਤਾਨੇ ਦੇ ਹਨ, ਸਹਿ ਸਵਰਗਦੂਤ ਇਹਨਾਂ ਜੋ ਇੱਕ ਵੱਡੀ ਹੀ ਗਰਮ ਅੱਗੀ 'ਚ ਫੈਂਕੀ ਦੇਂਗੇ।
ਉਥੋਂ ਸਹਿ ਲੋਕ ਰੱਬ ਨੇ ਸਤਾਬੇ ਚ ਰੋਂਗੇ ਕਨੇ ਦੰਦਾ ਪੀਂਗੇ। ਪਰ ਜਿਹੜੇ ਧਰਮੀ ਹਨ ਜਿਨ੍ਹਾਂ ਈਸੂਏ ਦਾ ਅਨੁਸਰਣ ਕੀਤਾ ਹੈ, ਸਹਿਤ ਇਸ ਦੇ ਪ੍ਰਭੂ ਪਰਮਾਤਮਾ ਪਿਤਾ ਦੇ ਰਾਜ ਚ ਸੂਰਜੇ ਸਾਈਂ ਚਮਕ ਗਏ। ਈਸੂਏ ਇਹ ਵੀ ਗਲਾਇਆ ਕਿ ਸਹਿ ਸੰਸਾਰੇ ਦਾ ਅੰਤ ਹੋਣੇ ਤੇ ਪਹਿਲੇ ਧਰਤੀ ਪਰ ਆਉਂਗਾ, ਸਹਿਤ ਇਸੇ ਤਰੀਕੇ ਨੇ ਵਾਪਸ ਆਉਂਗਾ ਜਿਵੇਂ ਸਹਿ ਗਿਆ ਥਾ, ਮਤਲਬ ਇਸ ਲਈ ਸੱਚੇ ਦਾ ਸਰੀਰ ਹੋਊਗਾ। ਕਨੇ ਸਹਿ ਅੰਮ੍ਰਿਤ ਚ ਬਦਲਾਂ ਪਰ ਸਵਾਰ ਹੋਈ ਕਰੀ ਆਉਂਗਾ। ਜਲ ਈਸੂ ਆਉਂਦਾ ਹੈ ਤਾਂ ਹਰ ਇੱਕ ਮਸੀਹ ਜਿਹੜਾ ਮਰੀ ਚੁੱਕੇ ਹਨ ਮਰਿਆ ਹੋਇਆ ਤੇ ਜਿੰਦਾ ਹੋ ਜਾਂਗੇ। ਕਨੇ ਜਿਸਨੇ ਅੰਮ੍ਰਿਤ ਚ ਮਿਲ ਗਏ ਤਾਲੂ ਜਿਹੜਾ ਮਸੀਹ ਹਾਲੇ ਵੀ ਜਿੰਦਾ ਹਨ ਸਹਿ ਅੰਮ੍ਰਿਤ ਚ ਚੁੱਕੀ ਲਈ ਜਾਂਗੇ। ਕਨੇ ਇਹਨਾਂ ਦੋਵੇਂ ਮਸੀਹਾਂ ਕੰਨੇ ਸ਼ਾਮਿਲ ਹੋਈ ਜਾਂਗੇ ਜਿਹੜਾ ਮਰਿਆ ਤੇ ਜਿੰਦਾ ਹੋਈ ਜਾਂਦੇ ਹਨ। ਸਹਿ ਸਾਰੇ ਉੱਥੋਂ ਈਸੂਏ ਕੰਨੇ ਹੋਣਗੇ। ਇਸ ਤੋਂ ਬਾਅਦ ਈਸੂ ਆਪਣੇ ਲੋਕਾਂ ਕੰਨੇ ਰਹੇਗਾ। ਜਲੂ ਸਹਿ ਕੰਨੇ ਰਹਿੰਦੇ ਹਨ ਤਾਂ ਇਸ ਲਈ ਹਮੇਸ਼ਾ ਤਾਈਂ ਪੂਰੀ ਸ਼ਾਂਤੀ ਹੋਊਗੀ। ਈਸੂਏ ਇਸ ਪਰ ਵਿਸ਼ਵਾਸ ਕਰਨੇ ਵਾਲੇ ਹਰ ਇੱਕ ਮਾਣੂਏ ਜੋ ਇੱਕ ਮੁਕਟ ਦੇਣ ਦਾ ਵਾਅਦਾ ਕੀਤਾ ਹੈ, ਸਹਿ ਹਮੇਸ਼ਾ ਤਾਈਂ ਪਰਮਾਤਮੇ ਕੰਨੇ ਹਰ ਇੱਕ ਚੀਜ਼ਾਂ ਪਰ ਸ਼ਾਸਨ ਕਰਗੇ। ਤਿਨਾਂ ਅਲੀ ਸਿੱਧ ਸ਼ਾਂਤੀ ਹੋਊਗੀ। ਅਪਰ ਪਰਮਾਤਮਾ ਤਿਨਾਂ ਸਾਰਿਆਂ ਦਾ ਫੈਸਲਾ ਕਰੇਗਾ ਜਿਹੜਾ ਈਸੂਏ ਪਰ ਵਿਸ਼ਵਾਸ ਨਹੀਂ ਕਰਦੇ ਹਨ। ਸਹਿ ਤਿਨਾਂ ਜੋ ਨਰਕੇ ਚ ਪਾਈ ਦੇਗਾ, ਉੱਥੋਂ ਸਹਿ ਰੋਂਗੇ ਕਨੇ ਦੰਦਾ ਪੀਂਗੇ, ਕਨੇ ਸਹਿ ਹਮੇਸ਼ਾ ਦੁਖੀ ਹੁੰਦੇ ਰਹਿੰਗੇ। ਕਦੀ ਵੀ ਨੀ ਬੁਝੜੀ ਵਾਲੀ ਆ ਅੱਗੀ ਚ ਤਿਨਾਂ ਜੋ ਲਗਾਤਾਰ ਜਲਾਂਦੀ ਰਹਿੰਗੀ। ਕਨੇ ਕੀੜੇ ਤਿਨਾਂ ਜੋ ਖਾਣੇ ਤੇ ਕਦੀ ਵੀ ਨਹੀਂ ਰੁਕਗੇ। ਜਲੂ ਈਸੂ ਆਉਂਦਾ ਹੈ ਤਾਂ ਸਹਿ ਪੂਰੀਆਂ ਰੀਤੀਆਂ ਨੇ ਸ਼ੈਤਾਨੇ ਜੋ ਕਨੇ ਤਿਸਦੇ ਰਾਜ ਜੋ ਖਤਮ ਕਰੀ ਦੇਗਾ। ਸਹਿ ਸ਼ੈਤਾਨੇ ਜੋ ਨਰਕੇ ਚ ਪਾਈ ਦੇਗਾ, ਉੱਥੋਂ ਸ਼ੈਤਾਨ ਹਮੇਸ਼ਾ ਤਾਈਂ ਜਲਦਾ ਰਹੇਗਾ। ਇਹਨਾਂ ਸਾਰਿਆਂ ਕੰਨੇ ਜਿਨ੍ਹਾਂ ਪਰਮਾਤਮੇ ਦੀਆਂ ਗੱਲਾਂ ਜੋ ਮੰਨਣੇ ਦੇ ਬਜਾਏ ਸ਼ੈਤਾਨੇ ਦੇ ਪਿੱਛੇ ਚੱਲਣੇ ਜੋ ਕਬੂਲ ਕੀਤਾ ਥਾ, ਕਜੋ ਕਿ ਆਦਮ ਕਨੇ ਹਵਾ ਨੇ ਪਰਮਾਤਮੇ ਦੇ ਹੁਕਮੇ ਜੋ ਨਹੀਂ ਮੰਨਿਆ ਥਾ। ਕਨੇ ਪਾਪ ਜੋ ਇਸ ਸੰਸਾਰੇ ਚ ਲੈ ਕਰ ਆਏ ਉੱਥੇ ਪਰਮਾਤਮਾ ਤੁਸੀਂ ਸ਼ਰਾਪ ਦਿੱਤਾ, ਕਨੇ ਖਤਮ ਕਰਨੇ ਦਾ ਫੈਸਲਾ ਕੀਤਾ। ਅਪਰ ਕੁਛ ਦਿਨੇ ਪਰਮਾਤਮਾ ਇੱਕ ਨੋਏ ਸਵਰਗੇ ਕਨੇ ਇੱਕ ਨੋਈਆਂ ਧਰਤੀਆਂ ਜੋ ਬਣਾਂਗਾ ਜਿਹੜਾ ਸਿੱਧ ਹੋਣਗੇ। ਈਸੂ ਕਨੇ ਤਿਸਦੇ ਲੋਕ ਤਿਸਾਂ ਨੋਈਆਂ ਧਰਤੀਆਂ ਪਰ ਰਹਿੰਗੇ। ਕਨੇ ਸਹਿ ਹਮੇਸ਼ਾ ਤਾਈਂ ਸਾਰੀਆਂ ਚੀਜ਼ਾਂ ਪਰ ਸ਼ਾਸਨ ਕਰੇਗਾ। ਸਹਿ ਲੋਕਾਂ ਦੀਆਂ ਅੱਖੀ ਤੇ ਹਰ ਇੱਕ ਟੇਪਲੇ ਜੋ ਪੂੰਜੀ ਦੇਗਾ। ਹੁਣ ਕੋਈ ਵੀ ਪੀੜਿਤ ਜਾਂ ਦੁਖੀ ਨਹੀਂ ਹੋਊਗਾ, ਸਹਿ ਰੋਂਗੇ ਨਹੀਂ, ਸਹਿ ਬਿਮਾਰ ਨਹੀਂ ਹੋਊਗੇ ਜਾਂ ਮਰਗੇ ਨਹੀਂ। ਕਨੇ ਉੱਥੋਂ ਕੁਛ ਵੀ ਬੁਰਾਈ ਨਹੀਂ ਹੋਊਗੀ। ਈਸੂ ਆਪਣੇ ਰਾਜ ਚ ਨਿਆਏ ਕਨੇ ਸ਼ਾਂਤੀਆਂ ਕਨੇ ਸ਼ਾਸਨ ਕਰੇਗਾ। ਸਹਿ ਹਮੇਸ਼ਾ ਤਾਈਂ ਆਪਣੇ ਲੋਕਾਂ ਕੰਨੇ ਰਹੇਗਾ।